गल की जाए तो इतों मौजूदा विधायक ने गुरप्रीत सिंह जी पी का होया है विकास एक एग्जाम्पल पेश की है साढ़े MLA साहब ने पहला ही विकास दसी जाओगे वो तो कोई गल नहीं बनी जी जो भी कैप्टन साहब ने वादे किए थे उन्होंने वादे कोई वादा हल होया हो गणाया जाए असं आजाद बंदे हैं साढ़ा CM भी आजाद है वह भाई भी आजाद है असं आजाद वालों इलेक्शन लड़न जाते हैं कोई MLA साहब बारे जिथे मर्जी 173 पिंड 28 वार्ड खमाण दे दते सब लोग जफ्फिया पा रहे हैं जिहड़ा ये जा कह रहे ने अपना बेनीफिट लै रहे ने भी सीवरेज असीं पाया जां कुछ भी है ये सारा अकाली दल की देन है जिहड़ी देन आडे दी ये जस साहब की है सीवरेज या बेर का जस साहब का है पत्थर लाउण नाल नहीं हो जांदा काम काम करा के दिखाओ कोई पिंडा च जावे ना सही GP फिर पता लगना है अज साडे पंजाब दे हालात की होए हुए ने 75 साल तो 3.25 लाख करोड़ का कर्जा पंजाब सिर चढ़िया वो इन्हां दी देन है। ABP ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਭੁੱਲੋ ਜੀ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਹਲਕਾ ਬਸੀ ਪਠਾਣਾ ਦੇ ਵਿੱਚ। ਬਸੀ ਪਠਾਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਮੌਜੂਦਾ ਵਿਧਾਇਕ ਨੇ ਗੁਰਪ੍ਰੀਤ ਸਿੰਘ GP ਜਿਹੜੇ ਕਾਂਗਰਸ ਪਾਰਟੀ ਦੇ ਨੇ ਔਰ ਜੇਕਰ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਤੋਂ ਐਡਵੋਕੇਟ ਸ਼ਿਵ ਕਲਿਆਣ ਜੀ ਚੋਣ ਅਖਾੜੇ ਦੇ ਵਿੱਚ ਨੇ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉੱਥੋਂ ਰੁਪਿੰਦਰ ਹੈਪੀ ਜੀ ਨੇ ਔਰ ਪਰ ਇੰਟਰਸਟਿੰਗ ਗੱਲ ਇਸ ਹਲਕੇ ਤੋਂ ਇਹ ਹੈ ਕਿ ਖੁਦ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਭਰਾ ਨੇ ਡਾਕਟਰ ਮਨੋਹਰ ਸਿੰਘ ਉਹ ਵੀ ਇੱਥੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਪਰ ਚੋਣ ਲੜ ਰਹੇ ਨੇ। ਹਲਕੇ ਦੇ ਵਿੱਚ ਸਾਰੇ ਪਾਰਟੀਆਂ ਦੇ ਲੋਕ ਖੜ੍ਹ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਕਾਂਗਰਸ ਪਾਰਟੀ ਕੋਲ ਪਿਛਲੇ 5 ਸਾਲਾਂ ਦੇ ਵਿੱਚ ਹਲਕੇ ਦਾ ਕਿੰਨਾ ਕੁ ਵਿਕਾਸ ਕੀਤਾ? ਗੱਲ ਇਹ ਹੈ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਅੱਜ ਸਾਡੇ ਸ਼ਹਿਰ ਦੇ ਵਿੱਚ ਮੈਂ ਤਾਂ ਦੇਖਦਾ ਮੇਰੀ ਵੀ ਉਮਰ 65 ਸਾਲ ਦੇ ਉੱਪਰ ਹੋ ਗਈ ਆ। ਅੱਜ ਜੋ ਪੰਜਾਬ ਦੇ ਜਾਂ ਬਸੀ ਪਠਾਣਾ ਦੇ ਵਿੱਚ ਜਿਹੜਾ ਹੋਇਆ ਇਹ ਵਿਕਾਸ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ ਸਾਡੇ MLA ਸਾਹਿਬ ਨੇ ਅਤੇ ਸਾਡੇ ਮੈਨੂੰ ਲੱਗਦਾ ਸਾਡੇ ਸ਼ਹਿਰ ਦੇ ਵਿੱਚ ਸਰ ਗਲੀਆਂ ਨਾਲੀਆਂ ਸੜਕਾਂ 6.5 ਕਰੋੜ ਦੀ ਲਾਗਤ ਦੇ ਨਾਲ ਬਸੀ ਦੇ ਵਿੱਚ ਸਾਰੀਆਂ ਅੱਜ ਤੁਸੀਂ ਦੇਖੋ ਜਾ ਕੇ ਸ਼ਹਿਰ ਦੇ ਵਿੱਚ ਤੁਹਾਨੂੰ 5-4% ਕਿਤੇ ਲੱਗਦਾ ਹੋਊਗਾ ਜਿੱਥੇ ਡਿਵੈਲਪਮੈਂਟ ਨਹੀਂ ਹੋਈ ਅਤੇ 95% ਸ਼ਹਿਰ ਦੇ ਅੰਦਰ ਸਾਰੀ ਡਿਵੈਲਪਮੈਂਟ ਹੋਈ ਹੈ। ਔਰ ਸਾਡਾ ਟ੍ਰੀਟਮੈਂਟ ਜਿਹੜਾ ਪਲਾਂਟ ਰਿਹਾ ਕਿ 120 ਕਰੋੜ ਰੁਪਇਆ ਲਾਇਆ ਸ਼ਹਿਰ ਦੇ ਵਿੱਚ ਸਾਫ਼ ਪਾਣੀ ਸੁਥਰਾ ਦੇਣ ਦੇ ਲਈ 120 ਕਰੋੜ ਰੁਪਈਆ ਲਾ ਕੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਆ ਸਾਡੇ ਸ਼ਹਿਰ ਜਿਹੜਾ ਸੀ ਇਹਦੀ ਪਾਪੂਲੇਸ਼ਨ ਉੱਥੇ ਦੇ ਘੱਟ ਰਹੀ ਸੀ ਹੋਰ ਸ਼ਹਿਰ ਵੱਧ ਗਏ, ਪਰੰਤੂ ਬੇਰੁਜ਼ਗਾਰੀ ਦੇ ਕਾਰਨ ਸਾਡੇ ਜਿਹੜੇ ਲੋਕ ਬਾਹਰ ਜਾਂਦੇ ਨੇ ਰੁਜ਼ਗਾਰ ਦੇ ਲਈ ਇੱਥੇ ਬੜੀ ਦੇਰ ਦੀ ਮੰਗ ਸੀ ਵੀ ਕੋਈ ਨਾ ਕੋਈ ਪ੍ਰੋਜੈਕਟ ਲਿਆ ਕੇ ਲਾਇਆ ਜਾਵੇ ਜਿਹਦੇ ਨਾਲ ਜਿਹੜਾ ਇੱਥੇ ਬੈਰਕਾ ਦਾ ਪ੍ਰੋਜੈਕਟ ਲਾਇਆ ਲਿਆ ਕੇ ਸਾਡੀ MLA ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ 354 ਕਰੋੜ ਰੁਪਏ ਦਾ ਬੈਰਕਾ ਦਾ ਪਲਾਂਟ ਲਾਇਆ ਜਿਹਦੇ ਨਾਲ ਕਹਿ ਰਹੇ ਨੇ ਕਿ ਇੱਧਰ ਖੜੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਹਲਕੇ ਦੇ ਵਿੱਚ ਕਹਿੰਦੇ ਇੰਨਾ ਵਿਕਾਸ ਹੋਇਆ ਕਿ ਕੰਮ ਗਣਾਉਣੇ ਔਖੇ ਨੇ। ਇੱਕ ਟਾਇਲਾਂ ਨੂੰ ਹੀ ਵਿਕਾਸ ਦੱਸੀ ਜਾਓਗੇ ਉਹ ਤਾਂ ਕੋਈ ਗੱਲ ਨਹੀਂ ਬਣੀ ਜੀ। ਹਾਂਜੀ, ਲੋਕਾਂ ਨੂੰ ਐਂ ਲੱਗੀ ਜਾਂਦਾ ਟਾਇਲਾਂ ਲੱਗ ਗਿਆ ਵਿਕਾਸ ਹੋ ਗਿਆ, ਬਾਕੀ ਜਿਸ ਲੈਵਲ ਤੇ ਇਹਨਾਂ ਦੀ ਪੋਸਟ ਹੈ ਉਸ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਹੋਇਆ। ਕਿਹੜੇ ਮੁੱਦੇ ਤੁਸੀਂ ਕਹਿੰਦੇ ਹੋ ਹਲੇ ਹੱਲ ਨਹੀਂ ਹੋਏ, ਹੋਣੇ ਚਾਹੀਦੇ ਸੀ? ਬਹੁਤ ਮੁੱਦੇ ਨਹੀਂ ਹੋਏ ਹੈਗੇ, ਬਹੁਤ ਕੁਝ ਡੋਰ ਟੂ ਡੋਰ ਜਾ ਕੇ ਦੇਖੋ, ਲੋਕਾਂ ਤੋਂ ਪੁੱਛੋ। ਜੋ ਵੀ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ ਵੀ ਉਹਨਾਂ ਦੇ ਵਾਅਦਿਆਂ ਦੇ ਵਿੱਚੋਂ ਕੋਈ ਵਾਅਦਾ ਹੱਲ ਹੋਇਆ ਹੋਵੇ ਉਹ ਗਣਾਇਆ ਜਾਵੇ। ਜਿਹੜੇ ਵਾਅਦੇ ਕੀਤੇ ਆ ਕੈਪਟਨ ਸਾਹਿਬ ਨੇ, ਘਰ ਘਰ ਨੌਕਰੀ ਦੱਸੋ, ਕਿਹਨੂੰ ਨੌਕਰੀ ਮਿਲੀ ਹੈ? ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਵਧੀ ਹੈ, ਘਟੀ ਨਹੀਂ ਹੈਗੀ। ਆਪਣਾ ਪੰਜਾਬ ਦਾ ਜਿੰਨਾ ਵੀ ਬੇਰੁਜ਼ਗਾਰ ਬੱਚਾ ਫਿਰਦਾ, ਨੌਜਵਾਨ ਪੀੜ੍ਹੀ ਹੈ, ਪੜ੍ਹ ਕੇ ਜਾ ਰਹੀ ਹੈ, ਪੜ੍ਹ ਕੇ ਸਾਰੀ ਬਾਹਰ ਜਾ ਰਹੀ ਹੈ। ਕਿਉਂ ਬਾਹਰ ਜਾ ਰਹੀ ਹੈ? ਜੇਕਰ ਬੇਰੁਜ਼ਗਾਰੀ ਹੈ ਇੱਥੇ, ਨੌਕਰੀ ਨਹੀਂ ਮਿਲਦੀ ਹੈਗੀ। ਡਾਕਟਰ ਮਨੋਹਰ ਦੇ ਜਿਹੜੇ ਸਮਰਥਕ ਖੜੇ ਨੇ, ਕਾਂਗਰਸ ਪਾਰਟੀ ਕਹਿ ਰਹੀ ਹੈ, ਤੁਸੀਂ ਵੀ ਕਹਿ ਰਹੇ ਹੋ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ, ਫਿਰ ਅਲੱਗ ਕਿਉਂ? ਅਸੀਂ ਕੱਟੜ ਕਾਂਗਰਸੀ ਹਾਂ, ਮੇਰੇ ਫਾਦਰ ਸਾਹਿਬ 10 ਸਾਲ ਬਸੀ ਬਲਾਕ ਦੇ ਪ੍ਰਧਾਨ ਰਹੇ ਹਾਂ, GP ਸਾਡਾ ਰਿਸ਼ਤੇਦਾਰ ਵੀ ਹੈ, ਉਹਨੂੰ ਪੁੱਛੋ 5 ਸਾਲ 'ਚ ਉਹਨੇ ਕਿਉਂ ਬਾਗੀ ਹੋਇਆ ਕਾਂਗਰਸੀ ਉੱਤੇ। ਇੱਕ ਪਿੰਡ 'ਚ ਜਾਂਦਾ ਕਿ ਇੱਕ ਤਾਂ ਘਰ ਚਾਹ ਪੀ ਕੇ ਮੁੜੇ ਆਉਂਦਾ ਹੈ, ਠੀਕ ਹੈ ਜੀ, ਇਹ ਰਿਜ਼ਲਟ ਨਤੀਜਾ ਹੈ। ਅਸੀਂ ਆਜ਼ਾਦ ਬੰਦੇ ਹਾਂ, ਸਾਡਾ CM ਵੀ ਆਜ਼ਾਦ ਹੈ, ਉਹਦਾ ਭਾਈ ਵੀ ਆਜ਼ਾਦ ਹੈ, ਅਸੀਂ ਆਜ਼ਾਦ ਵੱਲੋਂ ਇਲੈਕਸ਼ਨ ਲੜਨ ਜਾਣਦੇ ਹਾਂ। 2007 'ਚ ਅਸੀਂ 1400 ਵੋਟ ਜਿੱਤ ਪ੍ਰਾਪਤ ਕਰੀ, 92 'ਚ ਸਾਨੂੰ ਕਾਂਗਰਸੀਆਂ ਨੇ ਭਜਾਇਆ, ਅਸੀਂ CM ਬਣਾਇਆ, ਚੰਨੀ ਸਾਹਿਬ ਨੂੰ ਨਗਰ ਕੌਂਸਲ ਦਾ ਖੈੜ ਦਾ ਪ੍ਰਧਾਨ ਬਣਾਇਆ, ਅਸੀਂ MLA ਬਣਾਵਾਂਗੇ ਮਨੋਜ ਸਿੰਘ ਨੂੰ ਜੇ ਸਾਡੇ ਸਹਿਯੋਗ ਨਾਲ ਵੋਟਾਂ ਸਾਡੇ ਪੈਣਗੀਆਂ। ਤੁਸੀਂ ਕਹਿ ਰਹੇ ਹੋ ਕੱਟੜ ਕਾਂਗਰਸੀ ਹੋ, ਕਾਂਗਰਸ ਦੇ ਵੱਲੋਂ ਮੌਜੂਦਾ MLA ਨੇ, ਫਿਰ ਉਹ ਕੌਣ ਨੇ? ਅਸੀਂ ਬਾਗੀ ਹੋਏ ਹੋਏ ਜੀ ਟੋਟਲੀ। ਕਾਰਨ ਕੀ? ਕੰਮ ਸਾਡਾ ਕੰਮੇ ਨਹੀਂ ਹੋਇਆ 5 ਸਾਲ 'ਚ ਕੋਈ, ਸਾਡਾ ਰਿਸ਼ਤੇਦਾਰ ਅਸੀਂ ਬਾਗੀ ਹਾਂ ਉਹਦੇ, ਮੂੰਹ ਕੰਮ ਨਹੀਂ ਹੋਇਆ।
ਤੁਹਾਡੇ ਹੀ ਪਾਰਟੀ ਦੇ ਬੰਦੇ ਨੇ ਬਾਗੀ ਉਹਨੇ ਕਹਿੰਦੇ ਕੰਮ ਨਹੀਂ ਕੀਤੇ ਤੁਸੀਂ ਆਪਣੀ ਪਾਰਟੀ ਲੋਕਾਂ ਨੇ ਕੰਮ ਨਹੀਂ ਕੀਤੇ ਦੇਖੋ ਜੀ ਐਮਐਲਏ ਸਾਹਿਬ ਬਾਰੇ ਜਿੱਥੇ ਮਰਜ਼ੀ 173 ਪਿੰਡ 28 ਵਾਰਡ ਖਮਾਣ ਦੇ ਦਿੱਤੇ ਸਭ ਲੋਕ ਜੱਫੀਆਂ ਪਾ ਰਹੇ ਨੇ ਤੇ ਉਹਨਾਂ ਨੇ ਕੰਮ ਇਹ ਕੋਈ ਹੈ ਹੀ ਨਹੀਂ ਇਹ ਜਿਹਾ ਪ੍ਰਮਾਣ ਇਹ ਤਾਂ ਬੇਬੁਨਿਆਦ ਆ ਜਿਹੜੇ ਸੀਐਮ ਚੰਨੀ ਸਾਹਿਬ ਦੀ ਗੱਲ ਕਰਦੇ ਆ ਉਹ ਕਾਂਗਰਸ ਪਾਰਟੀ ਦੇ ਸੀਐਮ ਐ ਨਾ ਕਿ ਆਜ਼ਾਦ ਦੇ ਹਾਂ ਜੀ ਉਹਨਾਂ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਆ ਔਰ ਉਹ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜੂਗੇ ਉਹਨਾਂ ਦਾ ਕੱਲ੍ਹ ਦਾ ਵੀ ਬਿਆਨ ਸੁਣੋ ਕਿ ਮੈਂ ਕਾਂਗਰਸ ਦਾ ਔਰ ਕਾਂਗਰਸ ਦਾ ਸੀ ਉਹਨਾਂ ਨੇ ਖੁਦ ਚੈਨਲ ਤੇ ਬਿਆਨ ਦਿੱਤਾ ਕਿ ਇਹ ਸਾਡੇ ਪਰਿਵਾਰਕ ਮਸਲਾ ਠੀਕ ਹੈ ਕੋਈ ਬਾਹਰ ਨਹੀਂ ਅਸੀਂ ਕਾਂਗਰਸੀ ਹਾਂ ਅਸੀਂ ਘਰ ਬੈਠ ਕੇ ਸੁਲਝਾਵਾਂਗੇ ਬਹੁਜਨ ਸਮਾਜ ਪਾਰਟੀ ਦੇ ਲੋਕ ਕੀ ਕਹਿੰਦੇ ਨੇ ਕਿੰਨਾ ਕੁ ਵਿਕਾਸ ਹੋ ਗਿਆ ਕੋਈ ਵਿਕਾਸ ਨਹੀਂ ਹੋਇਆ ਜੀ ਆ ਜਾ ਕੇ ਦੇਖ ਲਓ ਅਜੇ ਜਿਹੜੀਆਂ ਸੜਕਾਂ ਬਣੀਆਂ ਨੇ ਉਹ ਵੀ ਟੁੱਟੀਆਂ ਪਈਆਂ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਸੀਵਰੇਜ ਦਾ ਕੰਮ ਆਇਆ ਜਾਂ ਬੱਸ ਸਟੈਂਡ ਬਣਿਆ ਜਾਂ ਡੰਗਰਾਂ ਦਾ ਹਸਪਤਾਲ ਹੈਗਾ ਇਹ ਵੇਦਕਾ ਦਾ ਪਲਾਟ ਹੈਗਾ ਜਾਂ ਬਿਜਲੀ ਗ੍ਰਿਡ ਦਾ ਵਾਧਾ ਕੀਤਾ ਜਾਂ ਆਟਾ ਦਾਲ ਸਕੀਮ ਸਾਈਕਲ ਲੜਕੀਆਂ ਲਈ ਇਹ ਸਾਰੀਆਂ ਸਕੀਮਾਂ ਅਕਾਲੀ ਦਲ ਦੇ ਟਾਈਮ ਦੇ ਵਿੱਚ ਆਈਆਂ ਨੇ ਜਿਹੜਾ ਇਹ ਕਹਿ ਰਹੇ ਨੇ ਆਪਣਾ ਬੈਨੀਫਿਟ ਲੈ ਰਹੇ ਨੇ ਵੀ ਸੀਵਰੇਜ ਅਸੀਂ ਪਾਇਆ ਜਾਂ ਕੁਝ ਵੀ ਹੈ ਇਹ ਸਾਰਾ ਅਕਾਲੀ ਦਲ ਦੀ ਦੇਣ ਹੈ ਤੇ ਇਹਦੇ ਵੱਲੋਂ ਮੈਂ ਕਹਾਂਗਾ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਅਜੇ ਸੜਕ ਆਪਣੀ ਜਾ ਕੇ ਦੇਖ ਲਓ ਜਿਹੜੀ ਇੱਥੇ ਵਾਲੀ ਹੈ ਹੁਣੇ ਟੋਏ ਪੈਣੇ ਸ਼ੁਰੂ ਹੋ ਗਏ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਵਾਅਦੇ ਕੀਤੇ ਸੀ ਕੁਛ ਨਹੀਂ ਕੀਤਾ ਜਿਹੜਾ ਵਿਕਾਸ ਹੋਇਆ ਸੀ ਉਹ ਪਿਛਲੇ 10 ਸਾਲਾਂ ਨਾਲੋਂ ਅਕਾਲੀ ਦਲ ਸਰਕਾਰ ਸੀ ਉਦੋਂ ਹੋਇਆ ਸੀ ਸਰਵੇ ਕਰੋ ਵੀ ਸ਼ਹਿਰ ਦੇ ਵਿੱਚ ਹਰ ਗਲੀ 'ਚੋਂ ਗੇੜਾ ਮਾਰ ਕੇ ਦੇਖੋ ਵੀ ਤੁਹਾਨੂੰ ਹਰ ਪਾਸੇ ਡਿਵੈਲਪਮੈਂਟ ਦੇਖੇਗੀ ਲਾਈਟਾਂ ਲੱਗ ਲੱਗੀਆਂ ਦਿਖਣ ਗਈਆਂ ਜਿਹੜੀਆਂ ਚੰਡੀਗੜ੍ਹ ਸਟਾਈਲ ਦੀਆਂ ਲਾਈਟਾਂ ਨੇ ਉਹ ਤੁਸੀਂ ਜਾ ਕੇ ਦੇਖੋ ਵੀ ਲੱਗੀਆਂ ਨੇ ਔਰ ਤੁਸੀਂ ਸਾਰੀਆਂ ਗਲੀਆਂ ਦੇਖੋ ਜਾ ਕੇ ਵੀ ਉੱਥੇ ਕੀ ਹੋਇਆ ਤੁਸੀਂ ਦਿਖਾਓ ਲੋਕਾਂ ਨੂੰ ਚਾਨਣਾ ਦਿਖਾਓ ਤੁਹਾਡੇ ਨਾਲ ਬਿਲਕੁਲ ਕਲੀਅਰ ਗੱਲ ਹੈ ਅਸੀਂ ਚਾਨਣਾ ਦਿਖਾਵਾਂਗੇ ਪਰ ਤੁਹਾਡੇ ਹਲਕੇ ਤੇ ਬਾਕੀ ਪਾਰਟੀ ਲੋਕ ਕਹਿ ਰਹੇ ਨੇ ਕੁਛ ਨਹੀਂ ਹੋਇਆ ਹਾਂ ਉਹ ਦੇਖੋ ਕ੍ਰਿਟਿਸਿਜ਼ਮ ਕਰਨਾ ਬੜਾ ਸੌਖਾ ਹੈ ਕੰਮ ਕਰਨੇ ਬੜੇ ਔਖੇ ਨੇ ਔਰ ਸਾਡੇ ਜਿਹੜੇ ਗੱਲ ਕਰਦੇ ਆ ਸਰਕਾਰ ਨੇ ਕੋਈ ਕੀਤਾ ਨੇ ਜੋ ਸਾਡੇ ਆਪਣੇ ਕੈਪਟਨ ਨੇ ਜੋ ਕੀਤਾ ਜੋ ਚੰਨੀ ਜੀ ਨੇ 111 ਦਿਨ ਜੋ ਕੰਮ ਕੀਤਾ ਇਹ 70 ਸਾਲ ਦਾ ਰਿਕਾਰਡ ਬਣਾਤਾ ਇਹਨਾਂ ਨੇ ਸਾਲ ਦਾ ਕਹਿੰਦੇ ਰਿਕਾਰਡ ਬਣਾਤਾ ਔਰ ਸਿਰਫ ਬਾਕੀ ਪਾਰਟੀਆਂ ਗੱਲਾਂ ਕਰ ਰਹੀਆਂ ਨੇ ਜਿਹੜੀ ਦੇਣ ਆਡੇ ਦੀ ਇਹ ਜੱਜ ਸਾਹਿਬ ਦੀ ਹੈ ਸੀਵਰੇਜ ਆ ਬੇਰ ਕਾ ਜੱਜ ਸਾਹਿਬ ਦਾ ਇਹ ਪੱਥਰ ਲਾਉਣ ਨਾਲ ਨਹੀਂ ਹੋ ਜਾਂਦਾ ਕੰਮ ਕਰਾ ਕੇ ਦਿਖਾਓ ਜਿਨ੍ਹਾਂ ਦੇ ਹੁਣ ਕੰਮ ਦਿਖਾਓ ਕਿਸੇ ਦੇ ਨਾਲੇ ਦੀ ਸਫਾਈ ਨਹੀਂ ਹੋਈ ਸਾਰੀ ਅਸੀਂ ਕਰਾਈ ਹੈ ਨਾਲੀਆਂ ਕੋਈ ਪਿੰਡਾਂ 'ਚ ਜਾਵੇ ਨਾ ਸਹੀ ਜੀਪੀ ਫਿਰ ਪਤਾ ਲੱਗਣਾ ਹੈ ਵੀ ਉਹ ਤਾਂ ਕਹਿ ਰਹੇ ਨੇ ਕਿ ਲੋਕ ਕਾਂਗਰਸ ਕਹਿ ਰਹੀ ਆ ਲੋਕ ਜੱਫੀਆਂ ਪਾ ਰਹੇ ਨੇ ਪਿੰਡ ਦੇ ਵਿੱਚ ਕਾਂਗਰਸ ਕਹਿੰਦੀ ਲੋਕ ਜੱਫੀਆਂ ਪਾ ਰਹੇ ਨੇ ਉਹ ਕਹਿੰਦੇ ਸਵਾਲ ਕਰਨ ਦੋ ਕਾਂਗਰਸ ਕਹਿ ਰਹੀ ਹੈ ਤੁਸੀਂ ਕਹਿ ਲਓ ਜੀਪੀ ਪਿੰਡਾਂ 'ਚ ਨਹੀਂ ਜਾਂਦੇ ਕਾਂਗਰਸ ਕਹਿ ਰਹੀ ਹੈ ਕਿ ਜਿੱਥੇ ਵੀ ਜਾਂਦੇ ਨੇ ਲੋਕ ਜੱਫੀਆਂ ਪਾ ਕੇ ਮਿਲਦੇ ਨੇ ਜੱਫੀ ਪੈਂਦੀ ਤਾਂ ਦਿਖਾਓ ਸਾਨੂੰ ਕਿੱਥੇ ਪੈਂਦੀ ਹੈ ਦਿਖਾਓ ਤਾਂ ਲੱਕੜੀ ਦੇ ਮੁੰਡੇ ਹੈ ਕਿੱਥੇ ਇੱਕ ਮਿੰਟ ਜਿੰਨਾ ਚਿਰ ਇਹ ਜਾਂਦਾ ਰਿਹਾ ਜਦ ਚੋਣ ਜਾਬਦਾ ਲੱਗਿਆ ਨਹੀਂ ਤਾਂ SHO ਨੂੰ ਫੋਨ ਕਰਨਾ ਪਾਇਲਟ ਲਾਓ ਜਿਪਸੀ DSP ਨੂੰ ਫੋਨ ਕਰਨਾ ਸਕਾਊਟ ਲਾਓ ਠੀਕ ਹੈ ਹਾਂਜੀ ਕਾਂਗਰਸ ਨੂੰ ਕਹਿ ਰਹੇ ਨੇ ਕਿ ਪਿੰਡਾਂ ਵਿੱਚ ਕਦੇ ਗਏ ਨਹੀਂ ਜੀਪੀ ਦੇਖੋ ਜੀ ਮੈਂ ਮੀਰਪੁਰ ਤੋਂ ਸਰਪੰਚ ਆ ਮੇਰਾ ਛੋਟਾ 550 ਵੋਟ ਆ ਸਾਡੇ ਪਿੰਡ ਦੇ ਵਿੱਚ 1,00,000 ਇੱਟ ਲੱਗੀ ਆ ਜੀਪੀ ਦੇ ਰਹਿਣ ਵਾਲੀ ਇੱਟ ਅੱਗੇ ਕੀ ਹੁੰਦਾ ਸੀਗਾ 1,00,000 ਰੁਪਏ ਚੈੱਕ ਮਿਲਦਾ ਸੀਗਾ ਹੁਣ 10-10 ਲੱਖ ਦਾ ਚੈੱਕ ਸਾਨੂੰ ਦਿੱਤਾ ਐਵੇਂ ਇਨਡੋਰ ਜਿਮ ਲੈਟ ਸਟਰੀਟ ਲੈਟਾਂ ਜਾ ਕੇ ਸਾਡੇ ਪਿੰਡਾਂ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਬੰਦਾ ਅੱਗੇ ਕੀ ਸੀਗਾ 2,00,000 ਦਾ ਚੈੱਕ ਹੁੰਦਾ ਸੀਗਾ ਕੋਈ ਕੰਮ ਨੀ ਹੁੰਦਾ ਅਕਾਲੀ ਦਲ ਨੇ ਸਾਨੂੰ 1 ਗ੍ਰਾਂਟ ਵੀ ਦਿੱਤੀ ਸੀਗੀ ਜਿੰਨਾ ਵਿਕਾਸ ਕੀਤਾ ਕਾਂਗਰਸ ਪਾਰਟੀ ਨੇ ਕੀਤਾ 21ਵੀਂ ਸਦੀ ਚੱਲਦੀ ਪਈ ਹੈ ਤੇ ਅੱਜ ਵੀ ਜਿਹੜੀ ਆ ਇਹ ਰਵਾਇਤੀ ਪਾਰਟੀਆਂ ਨੇ ਗਲੀਆਂ ਤੇ ਨਾਲੀਆਂ ਨੂੰ ਬਣਾਉਣਾ ਹੀ ਵਿਕਾਸ ਦੱਸੀ ਜਾਂਦੀ ਹੈ ਗੱਲ ਕਰੀਏ ਆਪਾਂ ਤਰਕ ਦੀ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਵਾਅਦਾ ਕੀਤਾ ਸੀ 2,500 ਰੁਪਈਆ ਬੇਰੁਜ਼ਗਾਰ ਭੱਤਾ ਦੇਵਾਂਗੇ ਅੱਜ ਕਾਂਗਰਸ ਪਾਰਟੀ ਹਰ ਉਸ ਬੇਰੁਜ਼ਗਾਰ ਦੀ 1,50,000 ਰੁਪਏ ਦੀ ਕਰਜ਼ਾਈ ਹੈ ਜਿਹਨਾਂ ਨੇ ਵਾਅਦਾ ਕਰਿਆ ਸੀ ਅਸੀਂ ਬੇਰੁਜ਼ਗਾਰ ਭੱਤਾ ਦੇਵਾਂਗੇ ਨਾਲੀਆਂ ਬਣਾਉਣਾ ਵਿਕਾਸ ਨਹੀਂ ਹੈਗਾ ਆਪਾਂ ਗੱਲ ਕਰੀਏ ਮੁੱਦਿਆਂ ਦੀ ਅੱਜ ਚੰਨ ਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਨਾਲੀਆਂ ਬਣਾਉਣ ਨੂੰ ਵਿਕਾਸ ਕਰੀ ਜਾਂਦੇ ਨੇ ਇਹ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਰੋਜ਼ਗਾਰ ਦੀ ਗੱਲ ਕਰੀਏ ਅੱਜ ਸਾਡੇ ਪੰਜਾਬ ਦੇ ਹਾਲਾਤ ਕੀ ਹੋਏ ਹੋਏ ਨੇ 75 ਸਾਲ ਤੋਂ ਜਦ 3.25 ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜਿਆ ਉਹ ਇਹਨਾਂ ਦੀ ਦੇਣ ਹੈ ਤੇ ਉਸ ਚੀਜ਼ ਦਾ ਜਵਾਬ ਦੇਣ
गलिया नालिया के नाल विकास नहीं हुंदा, होर डिवेलपमेंट के मुद्दे बहुत, नौकरी की गल्लां बहुत करियां सी। गलिया नालिया का विकास करना भी बहुत जरूरी है, नौकरियां कैप्टन साहब ने वध तो वध देने की कोशिश की है, दो लख नौकरियां दे चुके। चन्नी साहब ने 111 दिनों के विकास करिया, जो रिकॉर्ड तोड़ता, रेते का रेट किन्ना घटा के पिछे लिया, चन्नी साहब ने कोई कसर नहीं छड़ी। बिजली के बिल किन्ने किन्ने आते, ये गैर रले हो जो सारे वो तोड़ के बिजली के बिल 3 रुपये घटा के अज हरेक गरीब नो गल सरकार हल्के की गल कर रहे हैं। हल्के हर पक्षों विकास हो जी, साढ़े हल्के मैं चेयरमैन मार्केट कमेटी है जी, साढ़े कलौड़ मंडी पैंदी है जी, 30 साल तो वह फड़ नीमा सी, पानी खड़न करके उसे साल फसल खराब होती, जट रुलते थे मंडी च 30 सालों तो खड़ा सी जी, वो कम 80 लाख के रुपया खर्च के मेरे साढ़े MLA साहब ने उन्होंने उच्चा करवाया, जोड़ा कि सा बहुत बड़ा प्रोजेक्ट सगा, साढ़े इतने मंडी सी बसी की, उन्होंने हाल तक 4 दीवारी नहीं हुई, साढ़े MLA साहब ने वो करवाई, सारिया मंडिया जिन्हें सगिया 2 करोड़ से 2 करोड़ तो उत्ते खर्चा कर चुके जी साढ़े MLA साहब के सहयोग ना सी उन्होंने जी। सर इन्हों पुछे है कि पार्टी के बौंदले पे, इन्होंने समझ नहीं लगती कि हक च बोलना, कदे कि पार्टी च बोल देने, कदे किधर कदे कुछ बोलते, इन्होंने पुछो है कि साइड है, ठीक है। हाँ जी हाँ जी, 74 साल हो गए, 74 साल दोनों सरकार ने पार्टियां ने दोनों ने रल के अकाली कांग्रेस जेडे आपस विच लड़ रहे हैं, ये कहने विकास इन्होंने किया ते ये कहने इन्होंने किया, वो कहने असी किया, वो कहने असी किया, 74 साल सिर्फ बसी के बीच अड्डा बने है, एक बस स्टैंड और थोड़ी जी गलिया नालियां हूं पक्या हुई है, और आले दुआले पिंडा के बीच जाके देख लो गलिया नालियां सीवरेज कोई भी कम होया। केड़े मुद्दे हले हल्के रह गए, बेरोजगारी का है, आम जनता ना जेड़ा बच्चों की एजुकेशन का मुद्दा, कोई भी सरकारी जेड़ी स्कूल कॉलेज का जेड़ा हैगा कोई प्रबंध नहीं है फिलहाल इत्थे, ते साडे बसपा सरकार ने यूपी दे विच जिन्नी भी देर राज कीता है हुण तक जाके उत्थे पता कर लो, हर वर्ग नूं उत्थे सहूलत दित्ती आ, एजुकेशन दे सेंटर सब तो वध खोले ने, ते मतलब बेरोजगारी का सब तो ज्यादा नौकरी 15 लाख नौकरी जी बसपा सरकार ने यूपी दे विच दित्ती है, जो इत्थे साडी सरकार बनती है अकाली बसपा दे नाल असीं वध तो वध जिहड़े आम लोगों के मुद्दे जिहड़े हैगे नेड़े जाके उन्हां दे हल करन की कोशिश करांगे। कह रहे हैं कि जिहड़े मुद्दे सी ओह पूरे नहीं होए, सिर्फ रौला पाया होया, चाहे डिवेलपमेंट की गल हो, रोजगार की गल हो, वो बिल्कुल नहीं हल्के दे। नहीं, ये गल झूठ है, तुसी आके बसी पठाना विच देख सकते हैं कितना विकास होया, हर एक गली बनी है, हर एक चीज कंप्लीट हुई है, तुसी आके एक बार सर्वे करके देखो अपने वालों, ठीक है, तुहानू सब पता चल जाएगा कि कांग्रेस पार्टी ने किन्ना काम किया किन्ना नहीं किया, बाकी एंटी पार्टी ने जो बोलना बोली जान दो। हाँ जी हाँ जी, उन्हें मार्केट दे विच जान, एक बाथरूम बनाया 3.5 लाख रुपए ला के, ਉਹਦਾ ਐਡਾ ਬੜਾ ਤਾਲਾ ਲੱਗਿਆ ਹੋਇਆ ਮਾਰਕੀਟ, ਠੰਡ ਦੇ ਵਿੱਚ ਉਹ ਨਹੀਂ ਚਲਾ ਹੋਇਆ, ਵਿਕਾਸ ਕਹੀ ਜਾਂਦੇ 3.5 ਲੱਖ ਰੁਪਏ ਦਾ ਜਿੰਦਰਾ ਲਾ ਰੱਖਿਆ, ਕਹਿੰਦੇ ਲੋਕਾਂ ਦੇ ਪੈਸੇ ਵੇਸਟ ਕਰ ਰਹੇ ਹੋ, ਜਿੰਦਰਾ ਲਾ ਰੱਖਿਆ, ਬੋਲਣ ਦੋ ਯਾਰ, ਜਿਹੜਾ ਜਿੰਦਾ ਲਾਇਆ ਉਹਦੀ ਪਾਣੀ ਦੀ ਨਿਕਾਸੀ ਲਈ ਹੁਣ ਸੀਵਰੇਜ ਸਟਾਰਟ ਹੋਣਾ, ਇਸ ਕਰਕੇ ਉਹਦੇ ਪੈਪ ਪਾਉਣੀ ਆ, ਉਹ ਬਾਥਰੂਮ ਤਾਂ ਸਟਾਰਟ ਹੋਣੇ ਨੇ, ਬਾਥਰੂਮ ਤਾਂ ਜਾਣਾ ਸੀਵਰੇਜ ਦੇ ਪਾਣੀ ਨਾਲ ਕਨੈਕਟ ਕਰਨ, ਜੋ ਅੱਜ ਕੰਮ ਕੀਤਾ 74 ਸਾਲ ਦਾ ਰਿਕਾਰਡ ਜੀਬੀ ਨੇ ਤੋੜਿਆ ਇਸ ਇਲਾਕੇ ਦੇ ਵਿੱਚ, ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਨੇ, ਤੇ ਰੁਜ਼ਗਾਰ ਦੇ ਸਾਧਨ ਪੀਤਾ ਕਹਿੰਦੇ ਬਸੀ ਨੂੰ ਚੰਡੀਗੜ੍ਹ ਵਰਗਾ ਸ਼ਹਿਰ ਬਣਾਉਣ ਦੇ ਲਈ ਪਾਰਕ ਬਣਾਏ ਨੇ। ਸੁਣੋ, ਹੋਰ ਇੱਕ ਹੋਰ ਰੇਲਵੇ ਫਾਟਕ ਦਾ ਮੁੱਦਾ, ਮੁੱਖ ਮੁੱਦਾ ਸੀ ਉਹਦਾ ਹੱਲ ਹੋਇਆ ਕੁਛ? ਹਾਂਜੀ ਹਾਂ, ਉਹ ਆਪਣਾ MLA ਸਾਹਿਬ ਨੇ ਅੰਡਰ ਬ੍ਰਿਜ ਦੀ ਉਹ ਪਵਾਈ ਹੋਈ ਆ, ਅੰਡਰ ਬ੍ਰਿਜ ਦੀ ਉਹ ਪਵਾਈ ਹੈ MLA ਸਾਹਿਬ ਨੇ, ਡਿਵੈਲਪਮੈਂਟ ਦੀ ਗੱਲ ਕਰਦੇ ਆ, ਗੁਰੂ ਨਾਨਕ ਪਾਰਕ ਓਪਨ ਜਿੰਮੇ ਨਾਲ ਤੁਸੀਂ ਨਾਲ ਚੱਲੋ, ਨਗਰ ਕੌਂਸਲ ਦੇ ਨਾਲ ਪਾਰਕ ਹੈ ਬੱਚਿਆਂ ਲਈ, ਝੂਟੇ ਦੁਸ਼ਹਿਰਾ ਗਰਾਊਂਡ ਸੈਰਗਾਹ ਬਣਾਈ ਹੈ ਨਾਲ ਓਪਨ, ਅੰਡਰ ਬ੍ਰਿਜ ਦਾ ਕੀ ਹੋਇਆ, ਟੈਂਡਰ ਲੱਗੀ ਹੋਈ ਅੰਡਰ ਬ੍ਰਿਜ ਦਾ? ਨਹੀਂ, ਉਹਦੀ ਲਾਈ ਹੋਈ ਹੈ MLA ਸਾਹਿਬ ਨੇ, ਪਾਈ ਹੋਈ ਹੈ ਉਹਦੀ ਰਿਟ। जेड़ी पार्कां दी गल है, जेड़ी पार्क है एक 1.5 करोड़ की लागत दे नाल एक अजिहा पार्क इत्थे बनाया जा रहा है, जेड़ी के मिनी मार
ते ए आके इलाके दे खिच दा साधन बनणगे जिथे बाहरले प्रवासी बंसी आउणगे। और दूजी धार्मिक खेत्र दे विच मैं गल रह गई है, सुन लो जरूरी गल है, धार्मिक खेत्र दे विच नौवीं पातशाही गुरु तेग यार बोलण दो नौवीं पातशाही श्री गुरु तेग बहादुर जी की याद दे विच इत्थे इक म्यूजियम बनाया जा रहा जिथे 10 करोड़ रुपया सरदार गुरप्रीत सिंह जी पी जी ने सेंक्शन कराया और वह बनता जा रहा, तुसीं जाके देख सकते हो। इस करके समाजिक तौर से धार्मिक तौर से पोलीटिकल सारे पासे उन्होंने फील्ड चो काम किया। कह रहे ने कि जिहड़े सेहत दे मुद्दे सी जां फिर रेलवे फाटकां दी गल करिए कोई हल हो गए? नहीं, कोई नहीं होया। एक बेनती यह भी है, ये कहंदे ने भी रेते का रेट घटिया, रेता दा कि रेट दा फी घट गया, उन्होंने भांजा जिहड़े करो 10 करोड़ रुपये निकले, ये तो वड्डी कहिहड़ी शर्म की गल है। दूजी गल जिहड़ा भी देख लो, जे नौकरियां की गल करदे आ ते इन्हां ने की दिता बेअंत सिंह दे पोते नूं जां सुखजिंदर रंधावे दे बेटे नूं जां उहदे बाजवे दे मुंडे नूं, होर किसे नूं दिता इन्हां ने नौकरी? सारियां नौकरियां तां इन्हां ने अपने घर दे दित्ते, अंडा वंडा उड़ियां मुड़ मुड़ अपने घर नूं इही साबित करदे ने। कोई दवाई नहीं मिलती हैगी, झूठे वादे जिहड़े हैगे आ पिछले 5 साल तो कांग्रेस पार्टी करती पई है। इस बार 2022 दे विच लोकां ने मन बनाया होया, आम आदमी पार्टी सरकार जिहड़ी हैगी आ बनूगी। रेलवे फाटक दा मुद्दा अहम सी, हल क्यों नहीं हो पाया? रेलवे फाटक दा कोई मुद्दा नहीं भाजी, फाटकों पर जिहड़ा सीवरेज पिया उहदा ट्रीटमेंट प्लांट बनना सीगा, तुसीं इहनूं पुछो। रेलवे दे नीचे तो हल तक पाइप नहीं निकली हैगी, ट्रीटमेंट प्लांट विचे उह बंद पिया उहदा काम, इह झूठियां गल्लां करदे पए। रेलवे का ट्रीटमेंट प्लांट कहता बनना से काम बंद पिया होया कहते नहीं कि रेलवे रेलवे अंडर जो पैके ट्रीटमेंट प्लांट पाइपा पैके अंदर जाना से काम उ रुकया पे उत्थे जिहड़ी हैगी जमीन की भाल हो रही है। देखो भाल लोगों को जमीन अक्वायर करनी है, कोई सरकार की अपनी उत्थे जमीन नहीं हैगी, जे लोग सानू देणगे ताही उहदा जिहड़ा सारा सिस्टम चल रहा, जे कोई समें जमीन बेचूगा ताही अक्वायर की जाओ जबरदस्ती। होर कि हल्के मेन मुद्दे ने? यह मेन मुद्दे तो जी पहला आई देखो जो घर घर नौकरियां गई सी, किसी नौकरी मिली है? जिन्हें भी खड़े हैं आ कांग्रेसी खड़े, इन्हों किसी नौकरी मिली है? किसी नौकरी? फिर गल रही नशे की जी, नशा इन्ना खिल रहा पे है इना, मतलब ना रल के इन्होंने नशा बेचना शुरू कराया होया। केड़े पिंडरी नशा बिकता, केड़े शहर च नशा नहीं बिकता? ठीक है जी, नशे के बिना असि बच्चों की राखी करते हैं, बाहर नहीं कढ़ते बच्चों नू, जेड़े अपने कोई नौकरी नहीं, कोई इन्होंने जेड़े कहते मिलने मोबाइल मिलने किसी मोबाइल नहीं मिले। कहते नशा बहुत बिक रहा? बिल्कुल नहीं जी, बिल्कुल झूठ बोलते हैं, बिल्कुल झूठ बोलते हैं जी, कुछ कोई नशा नहीं बिकता जी। विरोधी लोग कह रहे हैं कि हल्के दे विच नशा सरेआम बिक रहा है? हल्के च नशा नहीं, पूरे पंजाब च बिकता जेड़ा नशा जी, ओदा पूरे पंजाब च बिकता। जदन की कांग्रेस सरकार बनी आ, जेड़े इन्होंने वायदे करे सी, उच कहिंदा 20 दिन च मैं नशे नूं नत्थ पाणू, कैप्टन कहिंदा सी ਉਹ ਤੋਂ ਨਸ਼ੇ ਨੂੰ 5 ਸਾਲ ਚ ਨੱਥ ਨਹੀਂ ਪਈ। ਉਹ ਇੱਕ ਮਿੰਟ ਉਹ ਭਰਾ ਤੁਸੀਂ ਨਸ਼ੇ ਨੂੰ ਨੱਥ ਨਹੀਂ ਪਈ, ਹੁਣ ਕੈਪਟਨ ਲਾਤਾ ਇਹਨਾਂ ਨੇ, ਹੁਣ ਕੈਪਟਨ ਲਾ ਕੇ ਚੰਨੀ ਬਣਾਇਆ, ਉਹ ਕਰਪਟ ਲਾਤਾ, ਉਹ ਐਡਾ ਤਕੜਾ ਕਰਪਟ ਸੀਐਮ ਬਣਾਇਆ ਵੀ ਉਹਨੇ ਥੋੜੇ ਜਿਹੇ ਸਮੇਂ ਚ ਇੰਨੇ ਪੈਸੇ ਬਣਾ ਲਏ। ਉਹ ਵੀਰੇ ਯਾਰ ਇੱਕ ਮਿੰਟ ਤੂੰ ਬੋਲੀ, ਉਹਨੇ ਥੋੜੇ ਸਮੇਂ ਚ ਇੰਨੇ ਕੁ ਪੈਸੇ ਬਣਾ ਲਏ ਵੀ ਉਹਦੇ ਭਤੀਜਿਆਂ ਦੇ ਘਰੋਂ ਵੀ ਕਰੋੜਾਂ ਰੁਪਇਆ ਨਿਕਲ ਆਇਆ। ਗੱਲ ਐਦਾਂ ਵੀ ਮੈਂ ਕਿਸੇ ਦੀ ਬਦਨਾਮੀ ਕਰਕੇ अपनी काम गल बनावा उहदा सवाद नहीं आउंदा। लोकां दा विश्वास आ, लोकां दा जिहड़ा मन खड़ा उह श्रोमणी अकाली दल सुखबीर बादल ते खड़ा। लोग चाहुंदे आ वी सुखबीर बादल दी सरकार बादल सरकार बणे, बादल दी मजीठिया साहब आउण। इह जिहड़े गल कहिंदे आ उह करदे आ, गल कई तों भजदे नहीं है उह जिहड़ी वी गल कीती। महिलावां नूं पुछदे तुहाडे हिसाब नाल हल्के दे विच किन्ना कु विकास होया 5 सालां दे विच, जिहड़ियां गल्लां होईयां सी वादे पूरे होए ने? बिल्कुल होए आ जी, मैं खुद दस दी, मैं चेयरपर्सन दे नाते 23 करोड़ रुपया पिंडा दे विकास वास्ते लगाया समिति दे थ्रू। हुण दस्सो होर तुहाडे मुताबिक कोई इहो जिहा काम आम आदमी पार्टी ने कोई काम नहीं करिया,
ਸੜਕਾਂ ਦਾ ਹਾਲ ਦੇਖ ਲੈਂਦੇ ਤੁਸੀਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਕਾਲੀ ਦਲ ਕਹਿ ਰਿਹਾ ਕਿ ਪਿਛਲੇ 10 ਸਾਲਾਂ ਜਿੰਨਾ ਵਿਕਾਸ ਉਹਨਾਂ ਨੇ ਕੀਤਾ ਕਿਸੇ ਨੇ ਕੀਤਾ ਉਹੀ ਕਿਹੜੀ ਸੜਕ ਬਣਾਈ ਹੈ ਕਿਹੜੀ ਰੋਡ ਦੱਸੋ ਮੈਨੂੰ ਗੱਲ ਕਰੋ ਮੇਰੇ ਨਾਲ ਕਹਿ ਰਹੇ ਨੇ ਸਾਰੀ ਉਹਨਾਂ ਨੇ ਬਣਾਈ ਹੈ ਕਿਹੜੀ ਰੋਡ ਬਣਾਈ ਹੈ ਦੱਸੋ ਜੀ ਪਰਚੇ ਕਰਾਏ ਜੀ ਜੱਜ ਸਾਹਿਬ ਨੇ ਪਰਚੇ ਕਰਾਏ ਆ ਕਹਿੰਦੇ ਖੜਜੋ ਯਾਰ ਇੱਕ ਮਿੰਟ ਕਹਿੰਦੇ ਪਿੱਛੋ ਪਹਿਲਾਂ ਪਿੱਛੋ ਕਹਿੰਦੇ ਅਕਾਲੀ ਦਲ ਨੇ ਸਿਰਫ ਪਰਚੇ ਕਰਾਏ ਨੇ ਅਕਾਲੀ ਦਲ ਨੇ ਸਿਰਫ ਪਰਚੇ ਕਰਾਏ ਅਕਾਲੀ ਦਲ ਨੇ ਪਰਚੇ ਨਹੀਂ ਜੀ ਕਰਾਏ जनाब साडे शहर की कोई डिवेलपमेंट नहीं हुई साडे नाल बाजार चलो असी तुहानू चल के दिखा सकते हैं 6 साल हो गए 5 साल जीपी नू हो गए हाले तक सीवरेज कंप्लीट नहीं होया इन्हां कोल डिंगा इन्ना मार रहे हैं चैलेंज करते हैं साडे नाल चले नौजवान की कहते हैं किहड़े मुद्दे ने देखो जी ये सब तो वड्डा मुद्दा है बेरोजगारी बसी पठाने का इस तो बाद मुद्दा है देखो सिर्फ गलियां नालियां नूं असीं विकास नहीं कह सकते असली विकास क्या होंदा है जे सरकारी हस्पताल दे विच सारे टेस्ट फ्री होण सारी दवाइयां मिलण जे जिहड़े स्कूल है वह विश्व पद्धर दे होण जिथे केजरीवाल दे स्कूलों नूं ट्रंप की घरवाली देखण आई सी पूरी दुनिया दे विच चर्चा होई स्कूलों की असीं चाहते हैं कि पंजाब दे स्कूलों की चर्चा अमरीका कनेडा बड़े बड़े मुल्कां विच होवे तुहाडे मुताबक महिलावां दे मुताबक किहड़े मेन मुद्दे सी गंद पिया पोस्टर लगा रखे ने डिवेलपमेंट कुछ नहीं डिवेलपमेंट जे बाई जी अकाली दल ने जज ने डिवेलपमेंट की होंगी तो हलका छड़ के कल चौकर साहब भजदा ठीक है ये 750 जी गल कर दिया भी प्रधानमंत्री मुड़ गया ये लोग अकाली दल के 750 मौत जी किसान दया हुई है उन्होंने भुल गए है हल्के की गल कर रहे हल्के विकास मैं विकास हल्के का विकास पूरा होया है तुम आप अपनी एक टीम बना के सारा बसी हल्का देख सकते हो असि पिंड पिंड हूँ भी रोज पिंड एक पिंड भी नहीं असि अज भी हर एक पिंड जी आ रहे हैं कल भी प्रोग्राम है 20 पिंड रोज हर एक पिंड मुताबिक महिलावान का कोई मुद्दा हल्का रह गया हो नहीं जी सारे मुद्दे हल हो सारे मुद्दे हाले ने और जेडे आम आदमी पार्टी कोई भी होवे कोई काम नहीं करवाया इन्होंने जेडे आजाद होए फिरते हैं उन्होंने भी कोई काम नहीं कराया जेडे अपने भरा दे नहीं होए ओ पार्टी दे केड़े केड़ी पार्टी दे हो जाणगे सके 2022 दे विच इस बार कांग्रेस केड़े विजन नाल वोटां लैण जा लोकां नूं केड़े मुद्दे ते मुद्दे विकास दे मुद्दे जी साडे साडे इन्ने विकास करे हुए हैं जी विकास के सिर ते मंगदे हां सारे बसी च सारे पिंड 500 करोड़ तो उपर MLA साहब की देने हल्के च लगे है 500 करोड़ तो उपर विकास दे मुद्दे ते अकाली दल की अगर सरकार होंदी केड़े मुद्दे की पहला पहल अकाली दल ने जेड़ा इन्होंने बेड़ा करता पंजाब नूं 5 साल पिछे करता ओ पंजाब नूं पिछे वापस उस नींह ते लियावांगे जिथों पंजाब इन्होंने पटता पिछले 10 साल विकास बहुत होया पंजाब दा पर इन्होंने बेड़ा जेकर आम आदमी पार्टी सरकार आउंदी है केड़ा मुद्दा पहला हल करोगे सब तो पहला सेहत सहूलत और एजुकेशन जो भी बेरोजगारी है बेरोजगारी पार्टी दूर करूंगी ठीक है जेकर थोड़ा MLA बनता बंदा तो सब तो पहला केड़ा मुद्दा हल करोगे जे साचा डॉक्टर मनोहर सिंह MLA बनता 100% ਅਸੀਂ 2007 ਚ ਚੰਨੀ ਬਾਕੀ ਹੁਣ ਕਿਹੜਾ ਮੁੱਦਾ ਹੱਲ ਕਰੋਗੇ ਅਸੀਂ ਕਿਹੜਾ ਬਸ ਗਰੀਬ ਅਸੀਂ ਜੋ ਗਰੀਬ ਕਹਿਣਗੇ ਗਰੀਬਾਂ ਦੇ ਹੱਕ ਤੇ ਕਰੋ ਠੀਕ ਆ ਤਾਂ ਇਹ ਬਸੀ ਬਣਾਣਾ ਹਲਕਾ ਲੋਕ ਸੀ ਕਾਂਗਰਸ ਕਹਿ ਰਹੀ ਕਿ ਇਸ ਵਾਰ ਫਿਰ ਵੀ ਵਿਕਾਸ ਦੇ ਮੁੱਦੇ ਉੱਪਰ ਚੋਣ ਲਾਂਗੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਿਹਤ ਸਹੂਲਤਾਂ ਤੋਂ ਬਿਨਾਂ ਜਿਹੜੇ ਬੇਰੁਜ਼ਗਾਰੀ ਦਾ ਮੁੱਦਾ ਉਸ ਨੂੰ ਹੱਲ ਕੀਤਾ ਜਾਊਗਾ ਉੱਥੇ ਹੀ ਕਾਂਗਰਸ ਤੋਂ ਬਾਗੀ ਹੋਏ CM ਦੇ ਜਿਹੜੇ ਭਰਾ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਆਮ ਲੋਕਾਂ ਦਾ ਜਿਸ ਤਰੀਕੇ ਦੇ ਨਾਲ ਕਹਿਣ ਗਰੀਬ ਲੋਕ ਉਹਨਾਂ ਦੇ ਮੁਤਾਬਕ ਮਸਲੇ ਹੱਲ ਹੋਣਗੇ ਪਰ ਇਹ ਸਮਾਂ ਹੀ ਦੱਸੇਗਾ ਫਿਲਹਾਲ ਅੱਜ ਬਸੀ ਬਣਾ ਹਲਕੇ ਤੇ ਉਹਨਾਂ ਹੀ ਜਲਦ ਮਿਲਾਂਗੇ ਅਗਲੇ ਕੱਲ੍ਹ ਨੂੰ ਤੁਹਾਨੂੰ ਇੱਕ ਨਵੇਂ ਹਲਕੇ ਦੇ ਵਿੱਚ ਤਦ ਤੱਕ ਦੇ ਲਈ ਸਾਨੂੰ ਦੇ ਇਜਾਜ਼ਤ ਪਰ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।